ਗੁਰਦੁਆਰਾ ਸਾਹਿਬ ਦੀ ਬਹੁ ਕਰੋੜੀ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਚੱਲਦੇ ਵਿਵਾਦ ਕਾਰਨ ਪ੍ਰਸ਼ਾਸਨ ਨੇ ਧਾਰਾ 145 ਲਾਉਂਦਿਆਂ ਆਪਣਾ ਕਬਜ਼ਾ ਲੈ ਲਿਆ। ਫਰੀਦਕੋਟ ਰਿਆਸਤ ਦੇ ਅਖੀਰਲੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਨੇ ਉਕਤ ਜਗ੍ਹਾ ਗੁਰਦੁਆਰਾ ਸਾਹਿਬ ਬਣਾਉਣ ਲਈ ਦਾਨ ਕੀਤੀ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰੇ ਦੀ ਸਾਂਭ ਸੰਭਾਲ ਕਰ ਰਹੇ ਬਾਬਾ ਦਿਆਲ ਸਿੰਘ ਪ੍ਰਵਾਨਾ ਦੀ ਮੌਤ ਤੋਂ ਬਾਅਦ ਉਸ ਦਾ ਵਾਰਸ ਅਖਵਾਉਣ ਵਾਲੇ ਗੁਰਮੀਤ ਸਿੰਘ ਮੀਤਾ ਨਾਂ ਦੇ ਵਿਅਕਤੀ ਨੇ ਜਦੋਂ ਮਹੱਲਾ ਵਾਸੀਆਂ ਜਾਂ ਸੰਗਤਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਗੁਰਦੁਆਰੇ ਦੀ ਜਗ੍ਹਾ ਵੇਚਣੀ ਸ਼ੁਰੂ ਕਰ ਦਿੱਤੀ ਤਾਂ ਵਾਦ ਖੜ੍ਹਾ ਹੋਣ ਨਾਲ ਤਣਾਅ ਦਾ ਮਾਹੌਲ ਪੈਦਾ ਹੋ ਗਿਆ। ਮੇਜਰ ਅਮਿਤ ਸਰੀਨ SDM ਕੋਟਕਪੂਰਾ ਨੇ ਧਾਰਾ 145 ਲਾਉਂਦਿਆਂ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਨੂੰ ਰਿਸੀਵਰ ਨਿਯੁਕਤ ਕਰ ਦਿੱਤਾ। ਅੱਜ ਪੁਲਿਸ ਪ੍ਰਬੰਧਾਂ ਹੇਠ ਆਪਣੀ ਸਮੁੱਚੀ ਟੀਮ ਨਾਲ ਪੁੱਜੇ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਜਾਇਦਾਦ ਦੇ ਦਸਤਾਵੇਜ਼ ਸਾਰਾ ਸਮਾਨ ਪ੍ਰਸ਼ਾਸਨ ਨੇ ਕਬਜ਼ੇ ਵਿੱਚ ਲੈ ਲਿਆ ਹੈ। ਉਹਨਾਂ ਦੱਸਿਆ ਕਿ ਮੁਹੱਲਾ ਵਾਸੀਆਂ ਨੇ ਸੰਗਤਾਂ ਦੀ ਹਾਜ਼ਰੀ ਵਿੱਚ ਗੋਲਕ ਵਾਲੇ ਪੈਸੇ ਦੀ ਗਿਣਤੀ ਕੀਤੀ ਗਈ। ਉਹਨਾਂ ਦੱਸਿਆ ਕਿ ਸਾਰਾ ਮਾਮਲਾ SDM ਦੇ ਧਿਆਨ ਵਿੱਚ ਲਿਆ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਕੋਟਕਪੂਰਾ ਤੋਂ ਪੱਤਰਕਾਰ ਅਰਸ਼ਦੀਪ ਸਿੰਘ ਅਰਸ਼ੀ ਦੀ ਰਿਪੋਰਟ। ਗੁਰਦੁਆਰਾ ਸਾਹਿਬ ਹੈ ਕੋਟਕਪੂਰੇ ਦੀ ਮੁਕਤਸਰ ਸੜਕ 'ਤੇ। ਆ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰ ਨਿਗਾਹ ਮਰਵਾਉਣ। ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਕਤਸਰ ਰੋਡ ਕੋਟਕਪੂਰਾ। ਇਸ ਗੁਰਦੁਆਰਾ ਸਾਹਿਬ ਦਾ ਪਹਿਲਾ ਨਾਂ ਗੁਰਦੁਆਰਾ ਪਰਵਾਨੇ ਵਾਲਾ ਵੀ ਇੱਥੋਂ ਦੀਆਂ ਸੰਗਤਾਂ ਵੱਲੋਂ ਲਿਆ ਜਾਂਦਾ ਸੀ ਅਕਸਰ। ਪਿੱਛੇ ਜੇ ਇੱਕ ਵਿਵਾਦ ਖੜ੍ਹਾ ਹੋਇਆ ਉਸ ਬਾਬਾ ਜਿਹੜੇ ਬਾਬੇ ਨੂੰ ਮਹਾਰਾਜਾ ਫਰੀਦਕੋਟ ਵੱਲੋਂ ਸੌਂਪਿਆ ਗਿਆ ਸੀ ਸੰਗਤਾਂ ਲਈ ਗੁਰਦੁਆਰਾ ਬਣਾਉਣ ਲਈ ਇਹ ਜਗ੍ਹਾ। ਇਹ ਕਰੋੜਾਂ ਰੁਪਏ ਦੀ ਜਗ੍ਹਾ ਉਸ ਵੇਲੇ ਵਿਵਾਦਤ ਹੋ ਗਈ ਜਦੋਂ ਦੋ ਧੜੇ ਬਣ ਗਏ। ਇੱਕ ਪਾਸੇ ਸ਼ਰਧਾਲੂ ਸੰਗਤਾਂ ਮੁਹੱਲਾ ਵਾਸੀ ਅਤੇ ਦੂਜੇ ਪਾਸੇ ਜਿਹੜੀ ਪਹਿਲਾਂ ਸੀ ਕਾਬਜ਼ ਇਸ 'ਤੇ ਪਰਵਾਨਾ ਸ਼ਾਇਦ ਬਲਵੀਰ ਸਿੰਘ ਪਰਵਾਨਾ ਸੀ ਉਹਨਾਂ ਦਾ ਨਾਂ, ਉਹਨਾਂ ਦੇ ਭਤੀਜੇ ਕੋਲ ਸੀ ਇਹ। ਉਹਨਾਂ ਨੇ ਬਹੁਤ ਸਾਰੀ ਇਹਦੀ ਜਾਇਦਾਦ ਦੁਕਾਨਾਂ ਦੇ ਰੂਪ 'ਚ ਕਿਰਾਏ 'ਤੇ ਦਿੱਤੀ ਗਈ ਹੈ। ਇੱਧਰ ਕੁਛ ਮਕਾਨ ਬਣੇ ਹੋਏ ਨੇ। ਉਹਦੇ ਬਾਰੇ ਵਿਵਾਦ ਇੰਨਾ ਕੁ ਪੱਕ ਗਿਆ ਕਿ ਜਿਹੜਾ ਉਹ ਗੁਰਮੀਤ ਸਿੰਘ ਮੀਤਾ ਨਾਂ ਦਾ ਸੀਗਾ ਵਿਅਕਤੀ, ਉਹਨੇ ਬੁੱਢਾ ਦਲ ਦੇ ਹਵਾਲੇ ਕਰਤਾ। ਕਹਿੰਦਾ ਮੈਂ ਅੱਜ ਤੋਂ ਇਹ ਗੁਰਦੁਆਰਾ ਬੁੱਢਾ ਦਲ ਦੇ ਹਵਾਲੇ ਕਰਤਾ। ਜਦੋਂ ਕਿ ਇੱਥੋਂ ਦੇ ਮੁਹੱਲਾ ਵਾਸੀ ਅਤੇ ਸ਼ਰਧਾਲੂ ਜਿਹੜੇ ਸ਼ੁਰੂ ਤੋਂ ਇਸ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਨੇ, ਉਹ ਕਹਿੰਦੇ ਵੀ ਸਾਨੂੰ ਭਰੋਸੇ 'ਚ ਲੈ ਬਿਨਾਂ ਤੁਸੀਂ ਬੁੱਢਾ ਦਲ ਦੇ ਹਵਾਲੇ ਨਹੀਂ ਕਰ ਸਕਦੇ। ਮਾਮਲਾ ਉਪ ਮੰਡਲ ਮੈਜਿਸਟਰੇਟ ਕੋਟਕਪੂਰਾ ਦੀ ਅਦਾਲਤ 'ਚ ਗਿਆ। ਉੱਥੇ ਜਾਣ ਤੋਂ ਬਾਅਦ ਜਦੋਂ ਉਹਨਾਂ ਨੇ ਦੋਹਾਂ ਧਿਰਾਂ ਦਾ ਸੁਣਿਆ ਤਾਂ ਦਫਾ 145 ਲਾਤੀ। ਅੱਜ ਪਹੁੰਚੇ ਨੇ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ, ਉਹ ਅੱਜ ਇੱਥੇ ਸਾਰਾ ਕਬਜ਼ਾ ਪ੍ਰਸ਼ਾਸਨ ਦੇ ਹਵਾਲੇ ਕਰਨ ਲੱਗੇ ਹੈ ਦੋਵੇਂ ਧਿਰਾਂ। ਉਹਨਾਂ ਨੂੰ ਖੈਰ ਇਹਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਇਤਰਾਜ਼ ਨਹੀਂ। ਆਪਾਂ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਕੋਲ ਪਹੁੰਚਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਰ, ਅੱਜ ਇੱਥੇ ਕਿਵੇਂ ਆਉਣਾ ਹੋਇਆ? ਅੱਜ ਇਹ ਆਪਣਾ ਗੁਰਦੁਆਰਾ ਪਰਵਾਨਾ ਜੀ ਮੁਕਤਸਰ ਰੋਡ ਸੁਰਖਾਪੁਰੀ ਦੇ ਵਿੱਚ ਹੈ, ਜਿਸ ਦਾ 3-4 ਮਹੀਨਿਆਂ ਤੋਂ ਕੋਈ ਡਿਸਪਿਊਟ ਚੱਲ ਰਿਹਾ ਸੀ। ਇਸ ਡਿਸਪਿਊਟ ਦੇ ਚੱਲਦਿਆਂ SHO ਸਿਟੀ ਦੀ ਸਿਫਾਰਸ਼ 'ਤੇ ਮਾਣਯੋਗ SDM ਸਾਹਿਬ ਨੇ ਕੱਲ੍ਹ ਇਸ 'ਤੇ ਧਾਰਾ 145 ਲਾ ਕੇ ਤਹਿਸੀਲਦਾਰ ਕੋਟਕਪੂਰਾ ਨੂੰ ਰਿਸੀਵਰ ਨਿਯੁਕਤ ਕੀਤਾ। ਬਤੌਰ ਰਿਸੀਵਰ ਅੱਜ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਣ ਲਈ ਇੱਥੇ ਆਏ। ਇਹ ਜਿਹੜਾ ਤੁਸੀਂ ਪ੍ਰਬੰਧ ਸੰਭਾਲ ਰਹੇ ਹੋ, ਇੱਥੋਂ ਦੀਆਂ ਸੰਗਤਾਂ ਜਾਂ ਮੁਹੱਲਾ ਵਾਸੀਆਂ ਨੂੰ ਜਾਂ ਦੂਜੀ ਧਿਰ ਨੂੰ ਕੋਈ ਇਤਰਾਜ਼ ਨਹੀਂ? ਨਹੀਂ ਜੀ, ਇਤਰਾਜ਼ ਹੋਣ ਕਰਕੇ ਤਾਂ ਇਹ ਰਿਸੀਵਰ ਨਿਯੁਕਤ ਕੀਤਾ ਨਾ ਜੀ। ਜਿਸ 'ਤੇ ਇੱਕ ਧਿਰ ਦਾ ਪਹਿਲਾਂ ਇੱਥੇ ਕਬਜ਼ਾ ਸੀ, ਜੋ ਬਾਬਾ ਪਰਵਾਨਾ ਜੀ ਇਸ ਨੂੰ ਸੰਭਾਲ ਰਹੇ ਸੀ, ਉਸ ਦਾ ਕੋਈ ਵਾਰਸ ਆਪਦੇ ਆਪ ਨੂੰ ਕਹਿ ਰਿਹਾ। ਪਰ ਲੇਕਿਨ ਜੋ ਸਾਡੇ ਰਿਕਾਰਡ ਦੇ ਵਿੱਚ ਜਗ੍ਹਾ, ਇਹ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਆ, ਨਾ ਕਿ ਕਿਸੇ ਦੇ ਪਰਸਨਲ ਨਾਂ 'ਤੇ ਆ। ਇਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਕੋਈ ਕਮੇਟੀ ਬਣਾਈ ਸੀ, ਉਹ ਕਮੇਟੀ ਪ੍ਰਬੰਧ ਸੰਭਾਲ ਰਹੀ ਸੀ। ਇਸ ਨੂੰ ਉਹਨਾਂ ਨੇ ਮਾਣਯੋਗ ਅਦਾਲਤ ਦੇ ਵਿੱਚ ਚੈਲੰਜ ਕੀਤਾ ਵੀ ਇਹ ਸੰਭਾਲ ਨਹੀਂ ਸਕਦੇ। ਇਸ ਨੂੰ ਮੁੱਖ ਰੱਖਦੇ ਹੋਏ SHO ਸਿਟੀ ਨੇ ਵੀ ਕੋਈ ਲੜਾਈ ਝਗੜਾ ਨਾ ਹੋਵੇ, ਦਫਾ 145 ਲਾਉਣ ਦੀ SDM ਸਾਹਿਬ ਨੂੰ ਸਿਫਾਰਸ਼ ਕੀਤੀ ਸੀ, ਜਿਸ ਦੇ ਤਹਿਤ ਰਿਸੀਵਰ ਨਿਯੁਕਤ ਕੀਤਾ ਗਿਆ ਅਤੇ ਅੱਜ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲ ਗਿਆ। ਇਸ ਤੋਂ ਅਗਲਾ ਸਟੈਪ ਕੀ ਹੋਊਗਾ ਜੀ? ਇਸ ਤੋਂ ਅਗਲਾ ਸਟੈਪ ਜੋ ਅਦਾਲਤ ਫੈਸਲਾ ਕਰੂਗੀ, ਜਿਹੜੇ ਧਿਰ ਦੇ ਵਿੱਚ ਹੱਕ ਦੇ ਵਿੱਚ ਹੋਜੂਗਾ ਉਸ ਨੂੰ ਸੰਭਾਲ ਦਿੱਤਾ ਜਾਵੇਗਾ। SDM ਅਦਾਲਤ ਹੀ ਫੈਸਲਾ ਕਰੋ? SDM ਅਦਾਲਤ ਵੀ ਫੈਸਲਾ ਕਰੂ, ਜੇ ਸਿਵਲ ਕੋਰਟ ਦੇ ਵਿੱਚ ਜਾਣਗੇ ਤਾਂ ਸਿਵਲ ਕੋਰਟ ਜੋ ਫੈਸਲਾ ਕਰੂਗੀ ਉਹ ਫੈਸਲਾ ਲਾਗੂ ਹੋਊਗਾ।
ਇਹ ਸਨ ਰਜਿੰਦਰ ਸਿੰਘ ਸਰਾਂ ਤਹਿਸੀਲਦਾਰ। ਇਹਨਾਂ ਨੇ ਕਿਹਾ ਸਾਡੇ ਉਪ ਮੰਡਲ ਮੈਜਿਸਟਰੇਟ ਕੋਟਪੁਰਾ ਵੱਲੋਂ ਜਿਹੜੀ ਡਿਊਟੀ ਲੱਗੀ ਹੈ ਰਸੀਵਰ ਨਿਯੁਕਤ ਕੀਤਾ ਗਿਆ ਇਸ ਵਿਵਾਦਿਤ ਜਗ੍ਹਾ ਦਾ, ਉਹ ਸਾਰਾ ਅੱਜ ਪ੍ਰਬੰਧ ਇਹਨਾਂ ਨੇ ਪ੍ਰਸ਼ਾਸਨ ਨੇ ਆਪਦੇ ਹੱਥਾਂ 'ਚ ਲੈ ਲੈਣਾ। ਉਸ ਤੋਂ ਬਾਅਦ ਜੋ ਅਦਾਲਤ ਅਗਲੀ ਕਾਰਵਾਈ ਕਰੂਗੀ ਉਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਊਗਾ।